ਜਿਹੜਾ ਨੌ ਪੇਸ਼ੀਆਂ 'ਤੇ ਸੀ ਫਰਾਰ, ਅੱਜ ਕਹਿੰਦੇ ਫੜ ਲਿਆ ਯਾਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਬਹੁਤ ਚਰਚਿਤ ਸ਼ਰਾਬ ਘੁਟਾਲਾ ਦਿੱਲੀ ਦਾ 350 ਕਰੋੜ ਦਾ, ਉਹਦੇ 'ਚ ਅੱਜ ਈਡੀ ਨੇ ਗ੍ਰਿਫਤਾਰ ਕਰ ਲਿਆ। ਇਹ ਕੇਸ ਤਾਂ ਸ਼ੀਸ਼ੇ ਵਾਂਗੂ ਸਾਫ਼ ਹੈ, ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਹੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਸਾਹਿਬ 'ਤੇ ਟਿੱਪਣੀ ਕੀਤੀ ਸੀ ਸੁਪਰੀਮ ਕੋਰਟ ਨੇ ਕਿ ਆਮ ਆਦਮੀ ਪਾਰਟੀ ਨੇ 350 ਕਰੋੜ ਦਾ ਘੁਟਾਲਾ ਕੀਤਾ। ਪਰ ਸਵਾਲੀਆ ਨਿਸ਼ਾਨ ਤਾਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਉੱਤੇ ਵੱਡੇ ਨੇ, ਕਿਉਂਕਿ ਦੇਸ਼ ਦੀ ਹਰ ਇੱਕ ਪਾਰਟੀ ਨੂੰ ਭ੍ਰਿਸ਼ਟ ਕਹਿਣ ਵਾਲੇ, ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਜਦੋਂ ਅੱਜ ਆਪ ਐਡੇ ਵੱਡੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਹੋ ਗਏ ਨੇ, ਤਾਂ ਨੈਤਿਕਤਾ 0% ਵੀ ਨਹੀਂ ਦਿਖਾਈ, ਆਪਣੇ ਅਹੁਦੇ ਤੱਕ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਹੁੱਬ ਕੇ ਕਿਹਾ ਜਾ ਰਿਹਾ ਕਿ ਜੀ ਸਰਕਾਰ ਜੇਲ੍ਹ 'ਚੋਂ ਚੱਲੂਗੀ। ਮਤਲਬ ਭਾਰਤ ਦੀ ਰਾਜਧਾਨੀ ਦੀ ਸਰਕਾਰ ਹੁਣ ਮੁਜਰਮ ਜੇਲ੍ਹ ਤੋਂ ਬਹਿ ਕੇ ਚਲਾਉਣਗੇ ਅਤੇ ਇਹਨਾਂ ਦੇ ਮੰਤਰੀ ਤਾਂ ਉਹਦੇ ਤੱਕ ਕਹਿ ਗਏ। ਅੱਗੇ ਜੀ ਹੁਣ ਜੇਲ੍ਹ 'ਚੋਂ ਹਸਪਤਾਲ ਬਣਿਆ ਕਰਨਗੇ, ਸਕੂਲ ਬਣਿਆ ਕਰਨਗੇ। ਮਤਲਬ ਇਹ ਗੱਲ ਮੰਨ ਲਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਕਿਸੇ ਵੀ ਸੂਰਤ 'ਚ ਬੇਲ ਨਹੀਂ ਹੋਣੀ, ਕਿਉਂਕਿ ਬੇਲ ਤਾਂ ਹਾਲੇ ਸਿਸੋਦੀਆ ਸਾਹਿਬ ਦੀ ਨਹੀਂ ਹੋਈ, ਸੰਜੇ ਸਿੰਘ ਦੀ ਨਹੀਂ ਹੋਈ ਅਤੇ ਜੈਨ ਦੀ ਨਹੀਂ ਹੋਈ। ਇਹ ਤਾਂ ਸਾਰਿਆਂ ਦੇ ਗੁਰੂ ਨੇ, ਕੇਜਰੀਵਾਲ ਕਰਪਸ਼ਨ ਦੇ ਵਿੱਚ ਵੀ ਸਾਰਿਆਂ ਦੇ ਗੁਰੂ ਨੇ। ਉਹ ਗੱਲਾਂ ਕਰਦੀ ਆ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਜੀ ਦੀਆਂ, ਉਹਨਾਂ ਦੇ ਕਦਮਾਂ 'ਤੇ ਵੀ ਚੱਲੋ। ਜਿੱਦਣ ਉਹਨਾਂ ਨੇ ਗੋਰੀ ਹਕੂਮਤ ਦੇ ਖਿਲਾਫ ਲੜਾਈ ਲੜੀ, ਅਸੈਂਬਲੀ ਦੇ ਵਿੱਚ ਬੰਬ ਸਿੱਟਿਆ, ਭੱਜੇ ਨਹੀਂ, ਗ੍ਰਿਫਤਾਰੀ ਦਿੱਤੀ। ਅਤੇ ਅਰਵਿੰਦ ਕੇਜਰੀਵਾਲ ਇਹ ਈਡੀ ਦੇ ਸੰਮਨਾਂ ਤੋਂ ਡਰਦੇ ਕਦੇ ਵਿਪਾਸਨਾ 'ਚ, ਕਦੇ ਗੋਆ, ਕਦੇ ਪੰਜਾਬ ਦਾ ਜਹਾਜ਼ ਲੈ ਕੇ ਹਵਾ 'ਚ। ਪਰ ਹਾਂ, ਅੱਜ ਇੱਕ ਗੱਲ ਦੇਖਣ ਨੂੰ ਮਿਲੀ ਕਿ ਜਿਹੜਾ ਗੱਠਜੋੜ ਹੈ ਇਹਨਾਂ ਦਾ ਕਾਂਗਰਸ ਦੇ ਨਾਲ, ਉਹ ਪੂਰਾ ਕਾਇਮ। ਕਾਂਗਰਸ ਦੇ ਲੀਡਰ ਪ੍ਰਿਯੰਕਾ ਗਾਂਧੀ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਦੇ ਬਚਾਅ 'ਤੇ ਆਏ, ਕਹਿੰਦੇ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ। ਅਤੇ ਪੰਜਾਬ ਦੀ ਸਾਰੀ ਲੀਡਰਸ਼ਿਪ ਚੁੱਪ ਬੈਠੀ ਹੈ। ਇਹ ਸਪਸ਼ਟ ਹੋ ਗਿਆ ਕਿ ਇਸ ਭ੍ਰਿਸ਼ਟਾਚਾਰ ਦੇ ਵਿੱਚ ਕਾਂਗਰਸ ਦੀ ਸਹਿਮਤੀ ਹੈ ਔਰ ਪੰਜਾਬ ਕਾਂਗਰਸ ਦੀ ਵੀ ਇਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਹਿਮਤੀ। ਪਰ ਮੈਂ ਇੱਕ ਗੱਲ ਉਰੇ ਜ਼ਰੂਰ ਦੱਸਣੀ ਚਾਹੁੰਦਾ ਕਿ ਇਹ ਘੁਟਾਲਾ ਇਕੱਲਾ ਦਿੱਲੀ ਦਾ ਨਹੀਂ, ਇਹਦੀਆਂ ਪੈੜਾਂ ਪੰਜਾਬ ਤੱਕ ਵੀ ਆਉਣੀਆਂ ਨੇ ਔਰ ਕਈ ਅਖੌਤੀ ਇਨਕਲਾਬੀ ਜਿਹੜੇ ਪੰਜਾਬ ਸਰਕਾਰ 'ਚ ਬੈਠੇ ਨੇ ਉਹਨਾਂ ਦਾ ਵੀ ਨੰਬਰ ਲੱਗਣਾ, ਕਿਉਂਕਿ ਪੋਲਿਸੀ ਤਾਂ ਇੱਕੋ ਹੀ ਹੈ, ਇੱਕੋ ਬੰਦੇ ਨੇ ਬਣਾਈ ਹੈ, ਇੱਕੋ ਘਰ 'ਚ ਬਹਿ ਕੇ ਬਣੀਆਂ ਨੇ। ਜਿਨ੍ਹਾਂ ਨੇ ਦਿੱਲੀ ਦੀ ਬਣਾਈ ਉਹਨਾਂ ਨੇ ਪੰਜਾਬ ਦੀ ਬਣਾਈ, ਅਤੇ ਜਿਹੜੇ ਦਿੱਲੀ ਦੇ ਵਿੱਚ ਇਹ ਕਾਰੋਬਾਰ ਕਰ ਰਹੇ ਸੀ ਉਹੀ ਪੰਜਾਬ ਦੇ ਵਿੱਚ ਕਾਰੋਬਾਰ ਕਰ ਰਹੇ ਨੇ। ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਉਹ ਤਾਂ ਹਾਲੇ ਤੱਕ ਚੁੱਪ ਹੀ ਬੈਠੇ ਨੇ, ਪਤਾ ਨਹੀਂ ਕਿਉਂ ਚੁੱਪ ਨੇ। ਦਿਨੇ ਤਾਂ ਬਹੁਤ ਖੁਸ਼ ਸੀ, ਕਦੇ ਟਰਾਲੀ 'ਤੇ ਚੜ੍ਹ ਜਾਂਦੇ ਸੀ, ਕਦੇ ਕਹਿੰਦੇ ਸੀ ਮਲਾਹ ਨਹੀਂ ਰਹਿਣੇ। ਮਤਲਬ ਅੱਜ ਜਿੰਨੀ ਖੁਸ਼ੀ ਤਾਂ ਭਗਵੰਤ ਮਾਨ ਸਾਹਿਬ ਦੀ ਕਦੇ ਦੇਖੀ ਨਹੀਂ, ਜਿਵੇਂ ਪਤਾ ਹੀ ਹੁੰਦਾ ਵੀ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਨੇ ਫਸ ਜਾਣਾ। ਪਰ ਅੱਜ ਬਹੁਤ ਵੱਡੇ ਸਵਾਲ ਇਸ ਆਪਣੇ ਆਪ ਨੂੰ ਜਿਹੜੀ ਕੱਟੜ ਇਮਾਨਦਾਰ ਪਾਰਟੀ ਕਹਿਣ ਵਾਲੇ ਇਹਨਾਂ ਦੇ ਭ੍ਰਿਸ਼ਟਾਚਾਰ ਦੇ ਉੱਤੇ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਦਾ ਖਜ਼ਾਨਾ ਲੁੱਟਿਆ, ਪੰਜਾਬ ਦਾ ਖਜ਼ਾਨਾ ਲੁੱਟਿਆ, ਹਾਲੇ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ, ਆਹ ਸੋਚ ਹੈ 350 ਕਰੋੜ ਦੇ ਘਪਲੇ ਦੀ। ਇਸ ਸੋਚ ਤੋਂ ਤਾਂ ਦੇਸ਼ ਨੂੰ ਅਤੇ ਪੰਜਾਬ ਨੂੰ ਰੱਬ ਹੀ ਬਚਾਵੇ। ਮੈਂ ਤਾਂ ਈਡੀ ਨੂੰ ਕਹੂੰਗਾ ਕਿ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ, ਅਤੇ ਜੇ ਪੰਜਾਬ ਦੇ ਵੀ ਕੋਈ ਲੀਡਰ ਇਹਦੇ 'ਚ ਲਿਪਤ ਨੇ ਤਾਂ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।